ਉਹ ਕਾਲਾ ਕਾਲਾ ਜਾ ਕੇ ਸਾਰੇ ਉੱਥੇ ਖੜਾ ਹੋ ਗਿਆ ਹੈ। ਉਹ ਕਾਲਾ ਓਏ ਕੀ ਕਾਲਾ, ਦੇਖੋ ਸਾਰੇ ਫੋਨ ਲੱਗਾ ਪਿਆ ਤੇ ਚਾਨੀ ਰਾਣਾ ਚੱਕੀ ਆ ਰਿਹਾ ਠੀਕ ਹੈ। ਸਾਰੇ ਦੇਖੋ ਹੁਣ ਕੀ ਬਣਦਾ ਸਿਸਟਮ ਹੈ, ਮੈਨੂੰ ਡਰ ਲੱਗਣ ਲੱਗ ਗਿਆ ਉੱਤਰ। ਦੇਖੋ ਸਾਰੀ ਨਾ ਕਿੱਥੇ ਹਿੱਲਦੀ ਪਈ ਹੈ, ਮੈਨੂੰ ਡਰ ਲੱਗਦਾ। ਆ ਸੈਂਟਰ ਛੁੱਟੀ ਆ ਸੈਂਟਰ 'ਚ ਤੇ ਦੇਖੀ ਮੈਨੂੰ ਵੱਟੀ ਨਾ ਪਾਰ ਰਹੀ। ਤੇਰੀ ਖੈਰ ਲਓ ਜੀ ਸਾਜੀ, ਉਹ ਜਾ ਰਹੀ ਛੋਟੇ ਕਿਹੜੇ ਦੀ ਵੱਟੀ ਪਾਰ। ਆ ਦੇਖੋ ਸਾਜੀ ਬਿਲਕੁਲ ਐਂ ਚੱਪਾ ਕੀ ਬੱਚਾ, ਸਮਝ ਲਓ ਕਹਿ ਲਓ ਮੇਰਾ ਹੁਣ ਤੱਕ ਨੰਗ ਜਾਣਾ ਸੀ ਮੱਕੀ ਦੇ ਵਿੱਚ। ਓਏ ਸਾਜੀ ਹੋਰ ਸੁਣਾਓ ਤੁਹਾਡਾ ਕੀ ਅੱਜ ਠੀਕ ਠਾਕ ਰੋਜ਼ ਚੱਕ ਲਿਓ। ਵੈਸੇ ਅੱਜ ਜਮਾ ਹੈਗਾ, ਜਮੇ ਛੁੱਟੀ ਦੁਕਾਨ ਤੋਂ ਤੁਹਾਨੂੰ ਪਤਾ ਹੀ ਹੋਣਾ ਤੇ ਅੱਜ ਵਿਹਲੇ ਆ ਮੇਰਾ ਤੇ ਤੁਸੀਂ ਆਪਣਾ ਤੈਨੂੰ ਸਬਸਕ੍ਰਾਈਬ ਮਾਰ ਦਿੱਤੋ ਠੀਕ ਹੋ ਗਿਆ ਸਾਜੀ, ਉਹ ਪਿਛਲੇ ਇੰਨੇ ਵੀਡੀਓ ਨਹੀਂ। ਅਸਲਾਮ ਵਾਲੇਕੁਮ ਗਾਇਜ਼, ਕੀ ਹਾਲ ਚਾਲ ਹੈ ਸਾਰਿਆਂ ਦਾ, ਠੀਕ ਠਾਕ ਹੋ, ਰਾਜ਼ੀ ਹੋ, ਤਕੜੇ ਹੋ, ਹੋਰ ਸੁਣਾਓ। ਅਲੀਆ ਸਨਾਸ਼ਕ ਯੂਟਿਊਬ ਚੈਨਲ ਤੇ ਵੈਲਕਮ ਹੋ ਗਿਆ ਤੁਹਾਡਾ। ਤੇ ਉਸਤਾਦ ਜੀ ਅੱਜ ਅਸੀਂ ਨਾ ਬੜਾ ਹੀ ਇੰਪੋਰਟੈਂਟ ਕੰਮ ਕਰਦੇ ਪਏ ਹਾਂ। ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਮਾਰੋ, ਕਮੈਂਟ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਵੀਡੀਓ। ਤੇ ਤੁਸੀਂ ਹੁਣ ਐਕਸਪੈਕਟ ਨਹੀਂ ਕਰ ਸਕਦੇ ਕਿ ਮੈਂ ਕੀ ਕਰਦਾ ਪਿਆ ਤੇ ਕਿੱਥੇ ਖੜਾ ਹੈਗਾ। ਠੀਕ ਹੋ ਗਿਆ, ਮੈਂ ਮੇਰੇ ਪਿੱਛੇ ਤੁਹਾਨੂੰ ਟਾਵਰ ਨਜ਼ਰ ਆ ਰਿਹਾ ਨਾ, ਇਹ ਦੇਖੋ ਟਾਵਰ ਕਿੱਡਾ ਨੀਵਾਂ ਹੈ। ਇਹ ਦੇਖੋ, ਇਹ ਦੇਖੋ, ਇਹ ਬੰਦੇ ਹੈਗੇ ਆ ਆਰ ਜਲਾਂ ਡਿਆ ਸਾਡਾ ਛੁੱਟੀਆਂ ਪ੍ਰੋਗਰਾਮ, ਅਸੀਂ ਛਾਨੀ ਦੀਆਂ ਛੁੱਟੀਆਂ ਚੱਕਣ ਆਏ ਹਾਂ। ਉਦੋਂ ਚੱਕ ਕੇ ਲੈ ਕੇ ਆਉਣੀਆਂ ਸੀਗੀਆਂ, ਉਹ ਇੱਕ ਸਾਈਡ ਚੱਕ ਕੇ ਲਿਆਂਦੀ, ਪਤਾ ਨਹੀਂ ਬਾਅਦ ਚਾਬੀ ਇਕੱਲੇ ਨੇ ਜਾ ਕੇ ਰੁਲਦਾ ਰਹਿ ਗਿਆ, ਦਲੀਲ ਹੁੰਦਾ ਰਹਿ ਗਿਆ। ਮੈਂ ਜਾਣ ਜਿਹੜਾ ਇਹਦੇ ਕੋਲੋਂ ਨਿਕਲ ਗਿਆ ਚੁੱਪ ਕਰਕੇ, ਉਦੋਂ ਨਾ ਬਚ ਬਚਾ ਹੋ ਗਿਆ ਕੰਮ। ਅੱਜ ਸਾਰਿਆਂ ਨੇ ਫੜ ਲਈ ਤੇ ਦੇਖੋ ਸਾਰੀ ਚਿੜੀਆਂ ਥੱਬੇ ਤੇ ਥੱਬਾ ਆ ਰਿਹਾ ਉੱਤੇ, ਉਹ ਸਲਾਂਘਾ ਲਈ ਜਾ ਰਿਹਾ ਇੱਧਰ ਮੁਕਰ। ਹਾਂ ਆ ਦੇਖ ਲਿਆ ਜੇ, ਅੱਜ ਇਹਨੇ ਮੈਨੂੰ ਟੰਗਿਆ ਹੋਇਆ ਉੱਤੇ ਨਾ ਮੁਰਾਦਾ ਨੇ ਕੇ। ਦੇਖੋ ਕਾਲਾ ਖੜਾ ਹੀ, ਕਾਲਾ ਇੱਧਰ ਮੁਕਰ, ਕਾਲੇ ਓਏ ਕਾਲੇ ਆ ਜਾ ਕਰੋ ਜੀ। ਇਹ ਕਾਲਾ ਆ ਰਿਹਾ ਜੀ ਤੇ ਇਹ ਦੂਸਰਾ ਜਾ ਰਿਹਾ ਜੀ। ਇਹ ਨਾ ਅਮਰਾਦਾ ਨੇ ਉੱਤੇ ਚੜਾਇਆ ਹੋਇਆ ਤੇ ਇੱਥੋਂ ਇੱਕ ਥੱਬਾ ਮਾਰਦਾ, ਦੂਸਰਾ ਦੂਸਰਾ ਤੀਸਰਾ। ਉਸ ਅਮਰਾਦਾ ਨੇ ਕੀ ਕਹਿੰਦੇ ਹੁੰਦੇ ਬੇੜਾ ਹੀ ਗਰਕ ਕੀਤਾ ਪਿਆ ਮੇਰਾ, ਮਾਰ ਮਾਰ ਬੱਖੀ ਛਿੱਟੀਆਂ ਸਾਲਿਆਂ ਨੇ ਸਾਹ ਬੰਦ ਕੀਤਾ ਹੋਇਆ ਮੇਰਾ। ਕਹੇ ਤੁਹਾਨੂੰ ਮੈਂ ਅੱਗੇ ਅੱਗੇ ਦਿਖਾਉਂਦਾ ਕਿ ਪਤਾ ਨਹੀਂ ਹੋਰ ਕਿੰਨਾ ਕੁ ਝਾੜਦੇ ਚੜਾਉਂਦੇ ਆ। ਜੁੜੇ ਰਹੇ, ਫਿਲਹਾਲ ਥੱਬਾ ਆ ਗਿਆ, ਮੈਂ ਇਹਨੂੰ ਜ਼ਰਾ ਨਾ ਸੈਟਮੈਂਟ ਕਰ ਲਵਾਂ। ਸਹੀ ਚੈੱਕ ਕਰੋ, ਮੈਂ ਨਾ ਉਹ ਥੱਲੇ ਮੋਟਰਸਾਈਕਲ ਖੜਾ ਜੀ, ਮੈਂ ਉਹ ਉੱਤੇ ਉੱਤੇ ਖੜਾ ਹੋਇਆ ਵਾਂ। ਇਹ ਦੇਖੋ ਗਾਈਸ, ਇੱਥੇ ਨੱਪਦੀ ਹੈ ਜੀ, ਇਹ ਲਓ ਜੀ ਇਹ ਇੱਥੇ ਨੱਪਣੀ ਆ ਸਾਰੀ, ਮੈਂ ਕਰਦਾ ਪਿਆ ਵਾਂ ਲਤਾੜਨ ਵਾਲਾ ਕੰਮ। ਠੀਕ ਹੋ ਗਿਆ, ਓਏ ਇੱਧਰ ਲਾਗੇ ਖੜੇ ਹੋਇਆ, ਮੈਂ ਚੜ੍ਹਨ ਲੱਗਾ ਵਾਂ ਉੱਤੇ, ਜੇ ਥੱਲੇ ਡਿੱਗਿਆ ਤਾਂ ਫੜ ਲਿਓ। ਦੂਸਰਾ ਥੱਬਾ ਆਏਗਾ ਫਿਰ, ਚਲੋ ਜੀ ਠੀਕ ਹੈ। ਇੱਕ ਕਹਿੰਦਾ ਜੀ ਨੱਪ ਦਿਓ, ਇੱਕ ਕਹਿੰਦਾ ਜੀ ਨਾ ਨੱਪਿਓ, ਮੈਨੂੰ ਦੱਸ ਦਿਓ ਵੀ ਮੈਂ ਨੱਪਾਂ ਜਾਂ ਨਾ ਨੱਪਾਂ। ਹੁਣ ਤਾਂ ਸੈਂਟਰ 'ਚ ਸਿੱਖੋ, ਸੈਂਟਰ ਬੰਨਾ ਇਹਦਾ ਪਤਾ ਜੀ, ਹਲੇ ਸਾਡਾ ਨਾ ਉਹ ਇੰਨੀਆਂ ਛੁੱਟੀਆਂ ਪਈਆਂ ਹੋਈਆਂ ਸਭੀਆਂ ਤੁਹਾਨੂੰ। ਉਹ ਕਾਲਾ ਕਾਲਾ ਜਾ ਕੇ ਸਾਰੀ ਉੱਥੇ ਖੜਾ ਹੋ ਗਿਆ ਹੈ। ਉਹ ਕਾਲੇ ਓਏ ਕਿਆ ਕਾਲਾ, ਦੇਖੋ ਸਾਰੀ ਫੋਨ 'ਚ ਲੱਗਾ ਪਿਆ ਤੇ ਛਾਨੀ ਜਿਹੜਾ ਨਾ ਚੱਕੀ ਆ ਰਿਹਾ ਛੁੱਟੀਆਂ। ਅਰੇ ਦੇਖੋ ਹੁਣ ਕੀ ਬਣਦਾ ਸਿਸਟਮ ਪਿਆ, ਮੈਨੂੰ ਤਾਂ ਡਰ ਲੱਗਣ ਲੱਗ ਗਿਆ ਜਿੱਦਾਂ ਉੱਤਾ। ਦੇਖੋ ਸਾਰੀ ਨਾ ਅੱਗੇ ਪਿੱਛੇ ਹਿੱਲਦੀ ਪਈ ਹੈ, ਮੈਨੂੰ ਡਰ ਲੱਗਦਾ। ਆ ਸੈਂਟਰ 'ਚ ਛੁੱਟੀ ਹੋਈ, ਸੈਂਟਰ 'ਚ ਤੇ ਦੇਖੀ ਮੇਰੀ ਵੱਖੀ ਵੀ ਨਾ ਪਾੜ ਦੇ। ਹਾਂ ਹਾਂ, ਇਹ ਤੇਰੀ ਖੈਰ ਲਓ ਜੀ ਉਸਤਾਦ ਜੀ, ਉਹ ਜਾ ਰਹੇ ਸੁੱਟ ਕੇ ਅਗਲੇ ਦੀ ਵੱਖੀ ਪਾੜ ਕੇ। ਆ ਦੇਖ ਲਓ ਉਸਤਾਦ ਜੀ, ਬਿਲਕੁਲ ਐਂ ਚੱਪਾ ਕੀ ਬੱਚਾ, ਸਮਝ ਲਓ ਕਹਿ ਲਓ, ਨਹੀਂ ਤਾਂ ਹੁਣ ਤੱਕ ਨੰਘ ਜਾਣਾ ਸੀ ਵੱਖੀ ਦੇ ਵਿੱਚ। ਓਏ ਹੋਏ ਉਸਤਾਦ ਜੀ, ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਰਾਜੇ ਤਕੜੇ ਹੋ। ਵੈਸੇ ਆ ਜੁੰਮਾ ਹੈਗਾ, ਜੁੰਮੇ ਦੀ ਛੋਟੀ ਆ ਦੁਕਾਨ ਤੋਂ ਤੁਹਾਨੂੰ ਪਤਾ ਹੀ ਹੋਣਾ ਤੇ ਅਸੀਂ ਵਿਹਲੇ ਹਾਂ ਫਿਲਹਾਲ। ਤੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਮਾਰ ਦਿੱਤੋ ਠੀਕ ਹੋ ਗਿਆ। ਉਸਤਾਦ ਜੀ, ਉਹ ਪਿਛਲੇ ਇੰਨੇ ਦਿਨ ਵੀਡੀਓ ਨਹੀਂ ਆਈ, ਉਹਦਾ ਤੁਹਾਨੂੰ ਰੀਜ਼ਨ ਦੱਸਾਂ ਕਿ ਮੇਰਾ ਪੈਕੇਜ ਖਤਮ ਹੋ ਗਿਆ ਸੀਗਾ। ਸਹੀ ਗੱਲ ਤੁਹਾਨੂੰ ਦੱਸਾਂ, ਲੋਕਾਂ ਲੱਗਾ ਕੋਈ ਨਹੀਂ, ਇਹਦੇ 'ਚ ਮੇਰਾ ਚੈਨਲ ਹੋ ਗਿਆ ਸੀ ਖਤਮ, ਮਤਲਬ ਪੈਕੇਜ ਜਿਹੜਾ ਸੀ ਨਾ ਉਹ ਖਤਮ ਹੋ ਗਿਆ ਸੀਗਾ। ਅਤੇ ਹੁਣ ਪੈਕੇਜ ਦੁਬਾਰਾ ਲਵਾਇਆ ਹੈਗਾ ਵਾ, ਤਾਂ ਕਰਕੇ ਦੁਬਾਰਾ ਸ਼ੂਟ ਕਰਕੇ ਮਤਲਬ ਦੁਬਾਰਾ ਆਪਣਾ ਨਾ ਬੈਕ ਟੂ ਬੈਕ ਬੈਕ ਟੂ ਬੈਕ ਕਮ ਟੂ ਕਮ ਆ ਰਹੇ ਹਾਂ ਠੀਕ ਹੋ ਗਿਆ। ਅਤੇ ਹੁਣ ਇਨਸ਼ਾਅੱਲਾ ਮਿਲਦੇ ਹਾਂ ਤੁਹਾਨੂੰ ਇਹ ਛੇਟੀਆਂ ਲੱਦਣ ਤੋਂ ਬਾਅਦ, ਫਿਰ ਅਸੀਂ ਜਾਣਾ ਇਹਨੂੰ ਘਰ ਸੁੱਟਣੀਆਂ ਲਾਉਣੀਆਂ ਨੇ, ਬਾਕੀ ਦਾ ਪ੍ਰੋਗਰਾਮ ਉਹ ਨਾਲ ਚੱਲਦਾ ਹੀ ਰਹਿਣਾ ਸਾਡਾ। ਤੁਸੀਂ ਵੇਟ ਕਰੋ, ਅਸੀਂ ਜਦ ਤੱਕ ਲੱਦ ਲਈਏ ਤੁਹਾਨੂੰ ਅਗਲਾ ਪਾਰਟ ਦਿਖਾਉਂਦੇ ਹਾਂ ਕਿ ਅਸੀਂ ਇਹਨੂੰ ਲੈ ਕੇ ਜਾਣਾ ਕਿੱਦਾਂ ਹੈ, ਕਿੱਦਾਂ ਕੀ ਸਿਸਟਮ ਹੈਗਾ ਵਾ।
ਫਿਲਹਾਲ ਤਾਂ ਥੱਬੇ ਤੋਂ ਥੱਬਾ ਆ ਰਿਹਾ ਵਾ ਤੇ ਵੱਖੀਆਂ ਪਾੜ ਰਿਹਾ ਵਾ। ਠੀਕ ਹੋ ਗਿਆ ਭਾਜੀ? ਵੈਸੇ ਮੌਸਮ ਜਿਹੜਾ ਵਾ ਨਾ ਉਹ ਠੰਡਾ ਹੋ ਗਿਆ ਹੋਇਆ ਵਾ ਅੱਗੇ ਨਾਲੋਂ ਨਾ ਕਾਫੀ ਹੱਦ ਤੱਕ, ਪਰ ਫਿਰ ਵੀ ਨਾ ਇਹਨੇ ਇੰਨਾ ਕੁ ਯਾਨੀ ਕਿ ਉੱਤੇ ਚੜ੍ਹਾਤਾ ਹੋਇਆ, ਮੈਨੂੰ ਪਸੀਨਾ ਆ ਗਿਆ ਹੋਇਆ, ਗਰਮੀ ਲੱਗਣ ਲਈ ਆ। ਦੁਪਹਿਰਾ ਠੰਡਾ ਪਾਣੀ ਬੋਤਲ ਵਾਲਾ ਲਿਆਉਣ ਕੇ ਪੀਤਾ ਸੀ, ਮਤਲਬ ਫਰਿੱਜ ਵਾਲਾ, ਨਹੀਂ ਤਾਂ ਵੈਸੇ ਨਾਰਮਲ ਨਹੀਂ ਪੀਂਦੇ, ਪਰ ਅੱਜ ਗਰਮੀ ਵਾਹਵਾ ਲੱਗ ਗਈ ਆ, ਕੰਮ ਸ਼ੰਮ ਕਰਾਇਆ ਨਾ, ਜਿਸਮ ਗਰਮ ਹੋਇਆ ਤੇ ਪਸੀਨਾ ਜਿਹਾ ਆ ਗਿਆ ਸੀਗਾ, ਸਭ ਹੀ ਚੜ ਗਿਆ ਮੈਨੂੰ। ਠੀਕ ਹੋ ਗਿਆ ਤੇ ਕੀ ਕਹਿੰਦੇ ਹੁੰਦੇ ਗਾਇ ਛੁੱਟੀਆਂ ਜਿਹੜੀਆਂ ਸਾਡੀਆਂ ਲੱਦੀਆਂ ਗਈਆਂ ਜੇ, ਤੇ ਹੁਣ ਅਸੀਂ ਕਰਨ ਲੱਗੇ ਹਾਂ ਉਹਨੂੰ ਨਾ ਯਾਨੀ ਕਿ ਕਲੋਜ਼ ਕਰਨ ਲੱਗਿਆ, ਯਾਨੀ ਕਿ ਉਸਕੋ ਰੱਸੀ ਬਾਂਧ ਕੇ ਨਾ ਇਸਕੋ ਹਮ ਜ਼ਰਾ ਸਾ ਟਾਈਟਲੀ ਕਰਨੇ ਲੱਗੇ ਹਾਂ, ਤਾਂ ਕਿ ਇਸਕੀ ਪਕੜ ਬਣ ਜਾਏ ਘਰ ਤੱਕ ਸਹੀ ਸਲਾਮਤ ਪਹੁੰਚ ਜਾਏ, ਮਾਰੇ ਛੁੱਟੀਆਂ ਇਹਨਾਂ ਕੋਈ ਦੁੱਖ ਤਕਲੀਫ ਨਾ ਹੋ ਜਾਏ। ਰੱਸਾ ਫੈਂਕੋ, ਲੱਖ ਦੇ ਲਾ ਨਾ ਤੇਰੇ ਉੱਪਰ। ਅੱਛਾ ਯਾਰ ਫੜ ਉਹ ਕਾਲੇ ਉੱਠ ਜਾ, ਕੀ ਮਸਲਾ ਤੈਨੂੰ? ਓਏ ਢਿੱਲੇ ਦਾ ਢਿੱਲਾ ਹੀ ਹੈ ਗਾਇਸ, ਰੱਸਾ ਪੈ ਰਿਹਾ ਜੇ, ਹੁਣ ਅਸੀਂ ਰੱਸਾ ਰੁਸਾ ਪਾ ਕੇ ਅਤੇ ਫਿਰ ਕੀ ਕਹਿੰਦੇ ਬਾਕੀ ਜਿਹੜਾ ਨਾ ਇਹਨੂੰ ਘਰ ਜਾ ਕੇ ਸੁੱਟਣੀਆਂ ਵਾ, ਅਤੇ ਹੁਣ ਮੈਨੂੰ ਰੱਸਾ ਪਾ ਲੈਣ ਦਿਓ ਅਤੇ ਮੈਂ ਤੁਹਾਨੂੰ ਨਾ ਬਾਕੀ ਜਿਹੜੀਆਂ ਸ਼ੂਟ ਕਰਕੇ ਦਿਖਾਉਂਦਾ। ਠੀਕ ਹੋ ਗਿਆ, ਓਕੇ, ਅੱਲਾ ਹਾਫਿਜ਼। ਅੱਛਾ ਜੀ ਗਾਇਸ, ਇੱਕ ਰੇਡੀ ਅਸੀਂ ਸੁੱਟਾਂ ਹਾਂ ਅਤੇ ਇੱਕ ਰੇਡੀ ਸਾਡੀ ਨਾ ਯਾਨੀ ਕਿ ਦੂਸਰੀ ਜਿਹੜੀ ਨਾ ਅਸੀਂ ਤਿਆਰ ਕਰਦੇ ਪਏ ਹਾਂ, ਇਹ ਹਲੇ ਥੋੜ੍ਹੀ ਹੋਈ ਆ। ਠੀਕ ਹੈ, ਉਹ ਬਸ ਥੋੜ੍ਹਾ ਜਿਹਾ ਰਹਿ ਗਿਆ ਕੰਮ, ਅਤੇ ਅਸੀਂ ਕਰਕੇ ਬੰਨਾ ਹੁਣ ਇਸ ਰੇਡੀ 'ਚ ਪਾ ਕੇ ਅਤੇ ਲੈ ਜਾਣਾ ਹੈਗਾ ਵਾ, ਅਤੇ ਬਾਕੀ ਉਹਨਾਂ ਘਰ ਜਾ ਕੇ ਵੀਡੀਓ ਬਣਾਉਣੀ ਸੀ, ਪਰ ਕਿਹਾ ਸਾਨੂੰ ਜਿੱਦਾਂ ਨਹੀਂ ਰਹੇਗਾ, ਅਤੇ ਬਾਕੀ ਇੱਕ ਅਸੀਂ ਕਿਹਾ ਵੀ ਕੋਈ ਨਹੀਂ, ਤੁਸੀਂ ਲਾਥੀਆਂ ਵੇਖੀਆਂ ਹੋਣੀਆਂ, ਚੜ੍ਹਦੀਆਂ ਵੇਖੀਆਂ ਹੋਣੀਆਂ, ਮਤਲਬ ਛੁੱਟੀਆਂ ਲਾਦੀਆਂ ਹੁੰਦੀਆਂ ਤਾਂ ਲਾਓ ਹੁੰਦੀਆਂ ਹੈ। ਅਤੇ ਅੱਛਾ ਇੱਥੇ ਕਰਦੇ ਪਏ ਹਾਂ ਵਲੋਗ ਦਾ ਐਂਡ ਆਲੀ, ਸਾਨੂੰ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਮਾਰੋ, ਕਮੈਂਟ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤਾਂ ਕਿ ਮੈਨੂੰ ਪਤਾ ਚੱਲ ਜਾਵੇ ਕਿਹੜਾ ਕਿਹੜਾ ਬੰਦਾ ਆ ਗਿਆ, ਜਿੱਦਾਂ ਕਿ ਆਹ ਆ ਗਿਆ ਸਾਨੂੰ ਪਤਾ ਚੱਲ ਗਿਆ ਕਿਉਂਕਿ ਇਹਨੇ ਮੇਰੇ ਛੁੱਟੀਆਂ ਮਾਰਨੀਆਂ, ਐਵੇਂ ਤੁਸੀਂ ਕਮੈਂਟ ਮਾਰੋ ਤਾਂ ਕਿ ਮੈਨੂੰ ਪਤਾ ਚੱਲ ਜਾਵੇ। ਠੀਕ ਹੋ ਗਿਆ, ਬਾਕੀ ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ 'ਚ ਨਵੇਂ ਵਲੋਗ, ਜਦ ਤੱਕ ਲਈ ਆਪਣਾ ਖਿਆਲ ਰੱਖਣਾ, ਅੱਲਾ ਹਾਫਿਜ਼। ਨਮਾਜ਼ ਪੜ੍ਹਿਆ ਕਰੋ, ਨਮਾਜ਼ ਜ਼ਰੂਰੀ ਹੈ, ਠੀਕ ਹੈ ਨਾ, ਨਮਾਜ਼ ਦੀਨ ਦਾ ਸਕੂਨ ਹੈਗਾ। ਠੀਕ ਹੋ ਗਿਆ, ਅਤੇ ਇਹ ਦੇਖੋ ਸਾਰੀ ਛੁੱਟੀਆਂ ਆ ਗਈਆਂ ਵਾ। ਠੀਕ ਹੋ ਗਿਆ, ਬਾਕੀ ਆਪਣੀਆਂ ਗੱਲਾਂ ਪਤਾ ਹੁੰਦੀਆਂ ਰਹਿਣਗੀਆਂ, ਮਸਾ ਮੌਲ ਚੱਲਦਾ ਰਹੇਗਾ, ਦੁਆਵਾਂ ਯਾਦ ਰੱਖਣਾ ਅਤੇ ਅੱਲਾ ਹਾਫਿਜ਼। ਠੀਕ ਹੋ ਗਿਆ।